ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ। ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਸਫਲਤਾ, ਹਥਿਆਰਾਂ ਸਮੇਤ ਦੋਸ਼ੀ ਗ੍ਰਿਫਤਾਰ। ਏਸ਼ੀਅਨ ਚੈਂਪੀਅਨ ਬਣਨ ਤੇ ਹਾਕੀ ਟੀਮ ਦਾ ਅੰਮ੍ਰਿਤਸਰ 'ਚ ਹੋਇਆ ਸਨਮਾਨ। ਲੁੱਟਾਂ ਖੋਹਾਂ ਕਰਨ ਵਾਲੇ ਦੋਸ਼ੀ ਥਾਣਾ ਗੇਟ ਹਕੀਮਾਂ ਨੇ ਕੀਤੇ ਕਾਬੂ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 4 9 mm ਗਲੋਕ ਪਿਸਟਲ, 1 ਮੋਟਰਸਾਈਕਲ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਗਏ। ਇਸ ਸੰਬੰਧੀ ਜਾਣਕਾਰੀ SPD ਹਰਿੰਦਰ ਸਿੰਘ ਗਿੱਲ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਜੀ। ਸਾਡੇ ਮਾਨਯੋਗ DG ਸਾਹਿਬ, ਮਾਨਯੋਗ DIG ਸਾਹਿਬ ਅਤੇ SSP ਸਾਹਿਬ ਦੀਆਂ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਸਾਡੇ CA ਸਟਾਫ ਦੇ ਇੰਚਾਰਜ ਮਨਮੀਤ ਸਿੰਘ ਸੰਧੂ ਹੋਣਾ ਨੇ ਇਹ 2 ਬੰਦੇ ਗ੍ਰਿਫਤਾਰ ਕੀਤੇ ਆ, ਜਿਨ੍ਹਾਂ ਕੋਲੋਂ 4 ਜਿਹੜੇ ਆ ਗਲੋਕ ਪਿਸਟਲ ਜਿਹੜੇ ਆ, 2 ਬਲੈਕ ਕਲਰ ਦੇ, 2 ਬਰਾਊਨ ਕਲਰ ਦੇ, ਇਹਨਾਂ ਕੋਲ ਬਰਾਮਦਗੀ ਹੋਈ ਆ 4 ਵੈਪਨਾਂ ਦੀ। ਅਤੇ ਇਹਨਾਂ ਦੇ ਜਿਹੜੇ ਬੰਦੇ ਹੈਗੇ ਆ, ਇਹਨਾਂ ਦੇ ਨਾਂ ਹੈਗੇ ਆ ਜੀ ਸੁਰਜੀਤ ਸਿੰਘ ਉਰਫ ਗੁਰਜੀਤ ਸਿੰਘ ਪੁੱਤਰ ਰਵੇਲ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ, ਵਾਸੀ ਸੈਦਪੁਰ ਕਲਾ ਥਾਣਾ ਭਿੰਡੀ ਸੈਦਾ। ਇਹਨਾਂ 4 ਕੋਲੋਂ ਜਿਹੜੇ ਹੈਗੇ ਆ ਵੈਪਨ ਬਰਾਮਦ ਹੋਏ ਆ, ਅਤੇ ਮੁੱਢਲੀ ਪੁੱਛਗਿੱਛ ਦੇ ਵਿੱਚ ਇਹ ਗੱਲ ਆਈ ਹੈਗੀ ਆ ਵੀ ਇਹ ਵੈਪਨ ਜਿਹੜੇ ਇਹਨਾਂ ਨੇ ਇਹ ਇੱਥੋਂ ਪਾਕਿਸਤਾਨ ਤੋਂ ਜਿਹੜੀ ਹੈਗੀ ਡਿਲੀਵਰੀ ਇਹਨਾਂ ਨੇ ਮੰਗਾਈ ਹੈਗੀ ਆ, ਉਹ ਕਿਹਦੇ ਥਰੂ ਮੰਗਾਈ ਆ, ਕਿਉਂਕਿ ਇਹ ਜਿੱਥੇ ਵੀ ਇਹਨਾਂ ਨੂੰ ਡਿਲੀਵਰੀ ਇੱਕ ਜਗ੍ਹਾ ਰੱਖੀ ਸੀਗੀ ਉਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ, ਅਤੇ ਉੱਥੋਂ ਇਹ ਚੱਕ ਕੇ ਜਦੋਂ ਰਾਹ 'ਚ ਆ ਰਹੇ ਸੀਗੇ ਅਤੇ ਇਹ ਸਾਡੇ ਕਾਬੂ ਆ ਗਏ ਆ। ਅਤੇ ਇਹਨਾਂ ਦੇ ਖਿਲਾਫ਼ ਜਿਹੜਾ ਹੈਗਾ ਮੁਕੱਦਮਾ ਨੰਬਰ 219 ਡੇਟਡ 20/9/19 ਅੰਡਰ ਸੈਕਸ਼ਨ 25-27-53-59 ਆਰਮਸ ਐਕਟ ਤਹਿਤ ਜਿਹੜਾ ਇਹ ਦਰਜ ਕੀਤਾ ਗਿਆ ਥਾਣੇ ਘਰਿੰਡੇ ਦੇ ਵਿੱਚ। ਅਤੇ ਬਾਕੀ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਜਾਊਗੀ। ਲਗਾਤਾਰ ਦੂਸਰੀ ਵਾਰ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਉਤਸ਼ਾਹ ਨਾਲ ਭਰੀ ਭਾਰਤੀ ਹਾਕੀ ਟੀਮ ਵੱਲੋਂ ਚੀਨ ਦੇ ਖਿਲਾਫ਼ ਖੇਡ ਕੇ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਏਸ਼ੀਅਨ ਚੈਂਪੀਅਨ ਟਰਾਫੀ ਆਪਣੇ ਨਾਮ ਕੀਤੀ ਗਈ, ਜਿਸ ਤੋਂ ਬਾਅਦ ਭਾਰਤੀ ਹਾਕੀ ਟੀਮ ਦਾ ਅੰਮ੍ਰਿਤਸਰ ਦੇ ਨਿੱਜੀ ਸਕੂਲ ਦੇ ਵਿੱਚ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਤੇ ਕਪਤਾਨ ਨੂੰ ਸਨਮਾਨਿਤ ਕੀਤਾ ਗਿਆ। ਸਭ ਤੋਂ ਵੱਡੀ ਇਹ ਖੁਸ਼ੀ ਹੈ ਕਿ ਸਾਡਾ ਹਾਕੀ ਦਾ ਪੂਰਾ ਪਰਿਵਾਰ ਇੱਥੇ ਨਾਲ ਜੁੜੇ ਆ ਜੀ, ਅਸੀਂ ਸਾਰੇ ਇੱਕ ਦੂਜੇ ਨਾਲ ਰੂਬਰੂ ਹੋਏ ਹਾਂ, ਇਹ ਵੀ ਬਹੁਤ ਮਾਣ ਵਾਲੀ ਗੱਲ ਹੈ ਅਤੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇਹਨਾਂ ਦਾ ਜੀ। 100% ਸਰ, ਆਈ ਥਿੰਕ ਸਰਕਾਰ ਵੀ ਆਪਣਾ ਜਿਹੜਾ ਉਪਰਾਲਾ ਵਧੀਆ ਕਰ ਰਹੀ ਹੈ ਜੀ ਖੇਡਾਂ ਪ੍ਰਤੀ ਵੀ ਬਹੁਤ, ਖੇਡਾਂ ਵਤਨ ਪੰਜਾਬ ਦੀਆਂ ਪੰਜਾਬ 'ਚ ਹੋ ਰਹੀਆਂ ਨੇ ਜੀ, ਪੁਰਾਣੀਆਂ ਖੇਡਾਂ ਅੱਗੇ ਲੈ ਕੇ ਆ ਰਹੇ ਹਾਂ। ਐਂਡ ਹੁਣ ਲਾਸਟ ਟਾਈਮ ਜਦੋਂ CM ਸਾਹਿਬ ਨਾਲ ਮਿਲੇ ਸੀ ਉਹਨਾਂ ਨੇ ਜ਼ਿਕਰ ਵੀ ਕੀਤਾ ਸੀ ਕਿ ਆਪਾਂ ਪੰਜਾਬ ਦੇ ਵਿੱਚ ਵੀ ਵਧੀਆ ਇੰਟਰਨੈਸ਼ਨਲ ਟੂਰਨਾਮੈਂਟ ਕਰਵਾਈਏ। ਆਈ ਥਿੰਕ ਇਹ ਚੀਜ਼ਾਂ ਬਹੁਤ ਵਧੀਆ ਨੇ ਆਉਣ ਵਾਲੀ ਫਿਊਚਰ ਲਈ ਅਤੇ ਆਉਣ ਵਾਲੀ ਜਨਰੇਸ਼ਨ ਲਈ। ਬਹੁਤ ਖੁਸ਼ੀ ਦੀ ਗੱਲ ਆ ਜੀ, ਜਦੋਂ ਵੀ ਅਸੀਂ ਕੋਈ ਮੈਡਲ ਜਿੱਤ ਕੇ ਆਉਂਦੇ ਹਾਂ ਸਾਨੂੰ ਇੱਦਾਂ ਹੀ ਹਰ ਵਾਰ ਮਾਣ ਸਨਮਾਨ ਮਿਲਦਾ ਵਾ,
ਅਸੀਂ ਪਿਛਲੀ ਵਾਰ ਵੀ ਜਦੋਂ ਮੈਡਲ ਜਿੱਤ ਕੇ ਆਏ ਸੀ ਓਲੰਪਿਕ ਦੇ ਵਿੱਚ, ਉਦੋਂ ਵੀ ਸਾਨੂੰ ਇੰਨਾ ਸਨਮਾਨ ਸਨਮਾਨ ਮਿਲਿਆ ਸੀ, ਹੁਣ ਵੀ ਅਸੀਂ ਚੈਂਪੀਅਨ ਟਰੋਫੀ ਦੇ ਵਿੱਚ ਲੈ ਕੇ ਗੋਲਡ ਮੈਡਲ ਲੈ ਕੇ ਆਏ ਹਾਂ, ਸਾਨੂੰ ਅੱਜ ਫਿਰ ਆਉਂਦੇ ਹਾਂ ਮਾਣ ਸਨਮਾਨ ਮਿਲਦਾ ਵਾ, ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵਾਂ। ਬਿਲਕੁਲ ਜੀ, ਉਹ ਸਾਡਾ ਫਾਈਨਲ ਮੈਚ ਸੀ, ਫਾਈਨਲ ਮੈਚ ਤਾਂ ਹਮੇਸ਼ਾ ਹੀ ਟੱਫ ਹੁੰਦਾ ਵਾ, ਤੁਹਾਨੂੰ ਪਤਾ ਹੀ ਹੈ, ਕਿਉਂਕਿ ਫਾਈਨਲ ਪਹੁੰਚਣਾ ਬਹੁਤ ਵੱਡੀ ਗੱਲ ਹੋ ਜਾਂਦੀ ਆ। ਉਹ ਸਾਡਾ ਲਾਸਟ 7 ਮਿੰਟ ਰਹਿ ਗਏ ਸੀ ਜਦੋਂ ਅਸੀਂ ਗੋਲ ਕੀਤਾ ਸੀ, ਉਹ ਪੂਰੀ ਟੀਮ ਦਾ ਗੋਲ ਆ ਜੀ, ਮੇਰਾ ਗੋਲ ਨਹੀਂ ਆ। ਥਾਣਾ ਗੇਟ ਹਕੀਮਾ ਦੇ ਅਧੀਨ ਆਉਂਦੀ ਚੌਂਕੀ ਅਨਗੜ੍ਹ ਦੀ ਪੁਲਿਸ ਟੀਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਲੁੱਟਾਂ ਖੋਹਾਂ ਕਰਨ ਵਾਲੇ 4 ਦੋਸ਼ੀਆਂ ਨੂੰ 10 ਮੋਬਾਈਲ ਫੋਨ ਸਮੇਤ ਪੁਲਿਸ ਵੱਲੋਂ ਕਾਬੂ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਚੌਂਕੀ ਅਨਗੜ੍ਹ ਦੇ ਇੰਚਾਰਜ ਪਲਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕੀਤੀ। ਤੇ 10 ਇਹਨਾਂ ਕੋਲੋਂ ਜਿਹੜਾ ਵੱਖ ਵੱਖ ਕੰਪਨੀਆਂ ਦੇ ਐਂਡਰਾਇਡ ਮੋਬਾਈਲ ਆ, ਉਹ ਜਿਹੜੇ ਅਸੀਂ ਰਿਕਵਰ ਕੀਤੇ ਇਹਨਾਂ ਕੋਲੋਂ, ਜਿਹੜੇ ਇਹਨਾਂ ਨੇ ਸ਼ਹਿਰ ਦੇ ਵਿੱਚੋਂ ਖੋਹ ਕੀਤੇ ਹੋਏ ਆ। ਇਹ ਅੰਦਰੂਨ ਸ਼ਹਿਰ ਔਰ ਬੱਸ ਸਟੈਂਡ ਦੇ ਨਜ਼ਦੀਕ ਜ਼ਿਆਦਾਤਰ ਬੈਕਗਰਾਊਂਡ ਇਹਨਾਂ ਦੀ ਜਿਹੜੀ ਆ, ਉਹ ਇੱਕ ਜਿਹੜਾ ਦੋ ਲੜਕੇ ਨੇ ਇਹਨਾਂ ਦੇ ਵਿੱਚ, ਉਹਨਾਂ ਦੇ ਵਿੱਚ ਜਿਹੜਾ ਹੈਗੇ ਉਹਨਾਂ ਦੇ 307 ਔਰ ਜਿਹੜਾ ਆ 25-53 ਆਰਮ ਜੈਕਟ ਦੇ ਪਰਚੇ ਹੈਗੇ ਆ ਦੋ, ਔਰ ਇੱਕ ਤੇ 326 ਔਰ ਐਂਟੀਪੈਸੈਕ ਦਾ ਜਿਹੜਾ ਕੇਸ ਰਜਿਸਟਰ ਆ, ਔਰ ਕ੍ਰਿਮੀਨਲ ਬੈਕਗਰਾਊਂਡ ਇਹਨਾਂ ਦੀ ਨਹੀਂ, ਨਸ਼ਾ ਨਹੀਂ, ਕੋਈ ਨਸ਼ੇ ਵਾਲੀ ਨਹੀਂ ਗੱਲ ਸਾਹਮਣੇ ਆਈ, ਪਰ ਇਹ ਆ ਵੀ ਇਹ ਜਿਹੜਾ ਐਸਪ੍ਰਸਤੀ ਕਰ ਲਈ ਜਾਂ ਜਿਹੜਾ ਆਵਾਰਾਗਰਦੀ ਮਤਲਬ ਘੁੰਮ ਲਿਆ ਸ਼ਹਿਰ ਦੇ ਵਿੱਚ, ਔਰ ਜਿਹੜਾ ਪੈਸੇ ਦੀ ਨਜਾਇਜ਼ ਵਰਤੋਂ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ। BSF ਵੱਲੋਂ ਸਰਚ ਆਪਰੇਸ਼ਨ ਦੌਰਾਨ ਪਿੰਡ ਵੈਰਪਾਲ ਵਿਖੇ ਖੇਤਾਂ 'ਚੋਂ ਇੱਕ ਡਰੋਨ ਬਰਾਮਦ ਕੀਤਾ ਗਿਆ। ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਯੂਥ ਫਾਰ ਗਲੋਬਲ ਪੀਸ ਐਂਡ ਟਰਾਂਸਫਾਰਮੇਸ਼ਨ ਵੱਲੋਂ ਮਿਸ਼ਨ ਦੀਪ ਸਕੂਲ ਅੰਮ੍ਰਿਤਸਰ ਵਿਖੇ ਪੀਸ ਡੇ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਮਕਸਦ ਵਿਸ਼ਵ ਵਿੱਚ ਸ਼ਾਂਤੀ ਫੈਲਾਉਣਾ ਅਤੇ ਲੋਕਾਂ 'ਚ ਸ਼ਾਂਤੀ ਦਾ ਅਨੁਭਵ ਪੈਦਾ ਕਰਨਾ ਸੀ। ਇਸ ਮੌਕੇ 'ਤੇ ਹਰਗੁਣ, ਹਰਜੋਤ, ਉਪਾਸਨਾ ਭਾਰਦਵਾਜ, ਸ਼ਿਵਾਂਗੀ, ਸਿਮੀ, ਸੁਹਾਵੀ, ਮੋਹਿਤ ਸ਼ਰਮਾ ਵੀ ਮੌਜੂਦ ਸਨ। आज हमने पीस डे मनाया गया है, जैसा कि आज 21 सितंबर है और पीस डे ऑल ओवर इंडिया हम ग्लोबली इस इवेंट को सेलिब्रेट कर रहे हैं। YGPT का ये इनिशिएटिव है और आज हम मिशन दीप स्कूल में आए हैं और बच्चे बहुत उत्साह से पीस डे को सेलिब्रेट कर रहे हैं। हमने इसका एक ही मैसेज है कि आजकल हम लोग बहुत चीज़ों से जूझ रहे हैं, जेलसीज हैं, कंपेरिजन्स हैं, तो जब हमारे अंदर पीस होगा तो हम उन चीज़ों से बड़े अच्छे से ओवरकम कर सकते हैं। तो पीस डे का सिर्फ यही मैसेज है हमारी तरफ से और बच्चों की रैलीज निकाली गई हैं यहाँ पर पीस डे के ऊपर, बहुत सारी एक्टिविटीज़ करी हैं, ह्यूमन चेन बनाई है हमने और बच्चों ने बहुत अच्छे से हमारे साथ जुड़कर मिशन दीप के बच्चों ने पार्टिसिपेट किया है और हम कोशिश करेंगे कि हर साल अब इसको इवेंट को हम इतनी ही एक्साइटमेंट से बनाएं। YGPT का ये जो पीस डे सेलिब्रेशंस हैं, वी विल ट्राई कि हम हर साल इसे इस तरीके से ही सेलिब्रेट करें। आपने YGPT टर्म में समझा होगा पीस, तो आज जो 21 सितंबर है आज बहुत बड़ा पीस डे है जो इंटरनेशनल भी किया जा रहा है, पूरे पैन इंडिया भी किया जा रहा है, सिर्फ अमृतसर में नहीं पूरे पंजाब में, पूरे रीजन में, बॉम्बे, पुणे, अपना ही हरियाणा, हर जगह पे हमारा इवेंट हो रहा है और आज बहुत सुंदर डे है। हम सभी आज हम लोग एक स्कूल में आए हैं, वहाँ पर हम लोग इन बच्चों को सिखाने आए कि पीस डे होता क्या है, उन्हें प्रेयर करवाने आए हैं,
जिसका है आई एम पीस, यू आर पीस एंड एवरी वन इज पीस। मैं आज उपासना, आई वुड लाइक टू थैंक उपासना फ्रॉम वाई जी पी टी हु हैज कम ओवर हियर टू सेलिब्रेट इंटरनेशनल पीस डे विद अस। वाई जी पी टी अगे भी साढ़े नाल बहुत सहयोग करता है और साढ़े नाल मैनू अज बहुत अच्छा लग रहा है कि सारे स्टूडेंट्स नू पीस का मैसेज दिता, लविंग अर्थ बारे दसिया कि हाँ सानू अपने धरती माँ नाल किन्ना प्यार नाल रहना चाहिए है और उहदे नाल किस तरह प्यार करना चाहिए है। आई एम वेरी थैंकफुल टू द टीम ऑफ वाई जी पी टी एंड आई एम ग्रेटफुल कि वो साढ़े नाल मिशन दीप नाल कोलैबोरेट करके डे मना रहे। लाइफ इंश्योरेंस एजेंट फेडरेशन ऑफ इंडिया की मीटिंग अमृतसर विखे हुई, सांसद गुरजीत सिंह औजला मुख्य तौर पर शामिल हुए। मीटिंग विच एजेंटा ने अपनी मंगां बारे गलबात की। मीटिंग विच GST समाप्त करन ले, बोनस वधाउन ले बंद होईयां पॉलिसियां ते लेट फीस कटाउन ले लोन दी व्याज कटाउन संबंधी अते होर मंगां बारे गलबात की गई। तो अज इन्होंने अपनी मुश्किलां ते डिस्कस कीतियां कि किवें 30 करोड़ आबादी के लोग जिन्हां ने निवेश कीता है लाइफ इंश्योरेंस जिहदी 50 लाख करोड़ की जायदाद और 32 लाख करोड़ का उन्होंने सरमाया है। ਸੋ ਬਹੁਤ ਵੱਡਾ ਹਿੱਸਾ 1956 ਤੋਂ ਬਾਅਦ ਜਿਹੜਾ LIC ਆ ਉਹਨੇ ਦੇਸ਼ ਦੀ ਪ੍ਰਗਤੀ ਵਿੱਚ ਪਾਇਆ, ਪਰ ਉਹਦੇ 'ਚ ਸਭ ਤੋਂ ਵੱਡਾ ਰੋਲ ਹੈ ਜਿਹੜੇ ਏਜੰਟ ਥੱਲੇ ਕੰਮ ਕਰਦੇ, ਜਿਨ੍ਹਾਂ ਨੇ ਪਬਲਿਕ ਨੂੰ ਉਹਦੇ 'ਚ ਇਨਵੈਸਟ ਕਰਨ ਵਾਸਤੇ ਤਿਆਰ ਕਰਨਾ ਔਰ ਉਹ ਸਾਰੀ ਉਮਰ ਕੰਮ ਕਰਦੇ ਨੇ, ਜਿਹਨੇ ਉਹਨਾਂ ਦੀ ਕੋਈ ਰਿਟਾਇਰਮੈਂਟ ਲਿਮਿਟ ਨਹੀਂ ਹੈਗੀ। ਪਰ ਸਰਕਾਰ ਉਹਨਾਂ ਦੀਆਂ ਮੰਗਾਂ 'ਤੇ ਧਿਆਨ ਨਹੀਂ ਦਿੰਦੀ ਔਰ ਕਾਫੀ ਮੰਗਾਂ ਨੇ ਜਿਹੜੀਆਂ ਇਹਨਾਂ ਨਾਲ ਮੈਂ ਡਿਸਕਸ ਕੀਤੀਆਂ। ਅਸੀਂ ਕਰਤਾ ਹੂੰ ਕਿ 13.5 ਕਰੋੜ ਲੋਕਾਂ ਦਾ ਸੰਗਠਨ ਹੈ और दो दिन का हमारा राष्ट्रीय कार्यकारिणी की मीटिंग है जिसमें हम ये निर्णय लेने वाले हैं कि किस तरीके से आम बीमा धारकों का बोनस बढ़े। एक्चुअली एग्जीक्यूटिव कमेटी मेंबर्स का ये फेवर है और इसमें ऐसा हो रहा है कि ये जितनी हमारी सरकार ने ये एजेंट मारू नीतियाँ जो अपना रखी हैं उनका समाधान करना है, कैसे करना है, क्यों करना है, और इसके लिए हमारे पास माननीय मेंबर ऑफ पार्लियामेंट श्री ओजला साहब भी आए थे। शहर विच खास करके श्री दुर्गियाना मंदिर दे आले दुआले बेसहारा पशु घूम रहे हैं। इस संबंधी शिकायत लेके राष्ट्रीय गऊ सुरक्षा फेडरेशन वालों डिप्टी कमिश्नर अमृतसर साक्षी सहानी नाल मुलाकात की अते उन्होंने आवारा घूमते पशुओं संबंधी शिकायत की, जिस तों बाद डिप्टी कमिश्नर साक्षी सहानी के हुक्मों से नगर निगम ने बेसहारा पशु फड़ने शुरू किए अते नगर निगम वालों दो गौशाला तैयार की जा रही है। थाना कोट खालसा की पुलिस नू उस समय वड्डी कामयाबी हासिल हुई जदों नाकाबंदी दौरान दो नौजवानों नू काबू किया गया अते इन्हां कोलों 26 ग्राम के करीब हीरोइन बरामद की गई। इस मौके पुलिस अधिकारी बलबीर सिंह ने जानकारी दी। ਇਸੇ ਦੌਰਾਨ ਹੀ ਜਦੋਂ ਅਸੀਂ ਗਸ਼ਤ ਕਰਦੇ ਕਰਦੇ ਆਪਣੀ ਟੀਮ ਦੇ ਨਾਲ ਜਦੋਂ ਇੱਧਰੋਂ ਖਾਲਸਾ ਕਾਲਜ ਦੇ ਸਾਹਮਣੇ ਸਰਵਿਸ ਲੇਨ ਦੇ ਵਿੱਚ ਪਹੁੰਚੇ ਅਤੇ ਇੱਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਸੀ ਜਿਹੜੇ, ਉਹਨਾਂ ਨੇ ਜਦੋਂ ਸਾਡੀ ਪੁਲਿਸ ਪਾਰਟੀ ਦੀ ਗੱਡੀ ਦੇਖੀ ਉਹਨਾਂ ਨੇ ਯਕਦਮ ਹੀ ਮੋਟਰਸਾਈਕਲ ਖਾਲੀ ਪਲਾਟ ਵਾਲੀ ਸਾਈਡ ਨੂੰ ਅੰਦਰ ਟਰਨ ਕੀਤਾ, ਜਿਹਦੇ ਮਗਰ ਹੀ ਅਸੀਂ ਆਪਣੇ ਜਿਹੜਾ ਵਾ ਉਹ ਗੱਡੀ ਅੰਦਰ ਵਾੜ ਦਿੱਤੀ ਤਾਂ ਅੱਗੇ ਰਸਤਾ ਬੰਦ ਸੀਗਾ, ਜਿਸ ਕਰਕੇ ਅਸੀਂ ਇਹਨਾਂ ਨੂੰ ਮੌਕੇ 'ਤੇ ਹੀ ਸਾਰਾ ਪੁਲਿਸ ਪਾਰਟੀ ਵੱਲੋਂ ਟੀਮ ਸਾਰੀ ਟੀਮ ਦੇ ਨਾਲ ਹੀ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦੇ ਮੋਟਰਸਾਈਕਲ ਦੀ ਡਿੱਗੀ ਦੇ ਵਿੱਚੋਂ ਤਲਾਸ਼ੀ ਦੇ ਦੌਰਾਨ 26 ਗ੍ਰਾਮ ਜਿਹੜੀ ਉਹ ਹੈਰਾਨ ਉਹ ਬਰਾਮਦ ਕੀਤੀ ਹੈ। ਸਰਵਿਸ ਕਲੱਬ ਕੰਪਨੀ ਬਾਗ ਵਿਖੇ ਮੈਨਸ ਕੁਆਟਰ ਫਾਈਨਲ ਸਕੈਸ਼ ਮੁਕਾਬਲੇ ਕਰਵਾਏ ਗਏ। ਵਰੁਣ ਸਚਦੇਵਾ ਨੇ ਰਿਵਾਂਸ਼ ਨੂੰ 3:1 ਨਾਲ ਹਰਾਇਆ, ਵਿਨਾਇਕ ਨੇ ਆਯੂਸ਼ ਖੁਰਾਨਾ ਨੂੰ 3:1 ਨਾਲ ਹਰਾਇਆ ਅਤੇ ਆਸ਼ੀਸ਼ ਨੇ ਕੁਆਟਰ ਫਾਈਨਲ ਵਿੱਚ ਵਰੁਣ ਨੂੰ ਹਰਾਇਆ।
22 ਸਤੰਬਰ ਐਤਵਾਰ ਨੂੰ ਹੋਰ ਮੈਚ ਵੀ ਖੇਡੇ ਜਾਣਗੇ। ਇਨਾਮ ਵੰਡ ਸਮਾਰੋਹ ਐਤਵਾਰ ਨੂੰ ਸ਼ਾਮ 7:30 ਵਜੇ ਰਿਟਾਇਰਡ IPS SS ਸ਼ੀਨਾ ਵੱਲੋਂ ਕੀਤਾ ਜਾਵੇਗਾ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ। ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ। ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਸ 'ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009300883 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਥਾਣਾ ਸੁਲਤਾਨਵਿੰਡ ਦੇ ਏਰੀਆ ਵਿੱਚ ਇੱਕ ਮੰਦਿਰ ਵਿੱਚ ਚੋਰੀ ਕਰਨ ਵਾਲੇ ਨੂੰ ਕਾਬੂ ਕੀਤਾ ਗਿਆ। ਪੀਓ ਸਟਾਫ ਵੱਲੋਂ ਇੱਕ ਭਗੌੜੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ। ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ ਕੀਤੀ ਛਾਪੇਮਾਰੀ। ਇਹ ਤੇ ਕੁਝ ਹੋਰ ਖਬਰਾਂ ਛੋਟੇ ਜਾਏ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸੰਬੰਧੀ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਨੋਡਲ ਅਫਸਰ NTCP ਕਮ DDHO ਡਾਕਟਰ ਜਗਨਜੋਤ ਕੌਰ ਵੱਲੋਂ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ। ਟੀਮ ਵੱਲੋਂ ਮੌਕੇ 'ਤੇ ਕਾਰਵਾਈ ਕਰਦੇ ਹੋਇਆਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ 13 ਦੁਕਾਨਦਾਰਾਂ ਅਤੇ ਪਬਲਿਕ ਪਲੇਸ 'ਤੇ ਸਿਗਰਟ ਪੀਣ ਵਾਲੇ 5 ਲੋਕਾਂ ਦੇ ਮੌਕੇ 'ਤੇ ਚਲਾਨ ਕੱਟੇ ਗਏ ਅਤੇ ਮੌਕੇ 'ਤੇ ਬਿਨਾਂ ਮਾਪਦੰਡ ਵਾਲੇ ਸਿਗਰਟ ਪ੍ਰੋਡਕਟ ਨੂੰ ਨਸ਼ਟ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ MEIO ਅਮਰਦੀਪ ਸਿੰਘ, SI ਰਜਿੰਦਰ ਸਿੰਘ, ਮੰਗਲ ਸਿੰਘ, ਰਾਜੇਸ਼ ਕੁਮਾਰ, ਦੀਪਕ ਕੁਮਾਰ, ਸਹਾਇਕ ਸਟਾਫ ਸ਼ਾਮਿਲ ਸਨ। ਪੰਜਾਬ ਸਰਕਾਰ ਦੇ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਸਾਡੀਆਂ ਟੀਮਾਂ ਸਮੇਂ-ਸਮੇਂ 'ਤੇ ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਤੰਬਾਕੂ ਮੁਕਤ ਕਰਨ ਲਈ ਚੈਕਿੰਗ ਕਰਨ ਜਾਂਦੀਆਂ ਹਨ। ਇਸ ਦੌਰਾਨ ਜੇ ਉਹਨਾਂ ਨੂੰ ਕੋਈ 18 ਸਾਲ ਕੋਈ ਓਪਨ ਵਿੱਚ ਸਿਗਰਟ ਪੀਂਦਾ ਮਿਲ ਜਾਂਦਾ ਹੈ ਤਾਂ ਉਸਦਾ ਚਲਾਨ ਕੱਟਿਆ ਜਾਂਦਾ ਹੈ। ਜੇ ਕੋਈ ਤੰਬਾਕੂ ਵਿਕਰੇਤਾ ਬਿਨਾਂ ਗਾਈਡਲਾਈਨਸ ਦੇ ਤੰਬਾਕੂ ਜਾਂ ਸਿਗਰਟ ਵੇਚ ਰਿਹਾ ਹੈ ਤਾਂ ਉਸਨੂੰ ਵੀ ਵਾਰਨਿੰਗ ਦੇ ਕੇ ਉਸਦਾ ਚਲਾਨ ਕੱਟਿਆ ਜਾਂਦਾ ਹੈ। ਇਸ ਲਈ ਮੈਂ ਸਭ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਸਾਡੀ ਮਦਦ ਕਰਨ ਅਤੇ ਸਿਗਰਟ ਵਗੈਰਾ ਓਪਨ ਵਿੱਚ ਨਾ ਪੀਣ, ਅਤੇ ਜੇ ਕੋਈ ਵੀ ਤੰਬਾਕੂ ਵਿਕਰੇਤਾ ਕੋਈ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ ਤਾਂ ਉਸ ਬਾਰੇ ਸਾਨੂੰ ਦੱਸਿਆ ਜਾਵੇ। ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਦੇ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਸਿਗਰਟ ਦੀਆਂ ਦੁਕਾਨਾਂ 'ਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਦੁਕਾਨਦਾਰ ਜਿਹੜੇ ਨੇ ਉਹ ਕੋਟਪਾ ਐਕਟ ਦੀ ਲਗਾਤਾਰ ਉਲੰਘਣਾ ਕਰ ਰਹੇ ਨੇ ਅਤੇ ਖੁੱਲ੍ਹੀਆਂ ਸਿਗਰਟ ਜਿਹੜੀਆਂ ਨੇ ਉਹ ਵੇਚ ਰਹੇ ਨੇ। ਸੋ ਲਗਾਤਾਰ ਸਿਹਤ ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਸਮਝਾਇਆ ਜਾ ਰਿਹਾ ਹੈ, ਉਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ, ਪਰ ਫਿਰ ਵੀ ਦੁਕਾਨਦਾਰ ਜਿਹੜੇ ਨੇ ਉਹ ਬਾਜ਼ ਨਹੀਂ ਆ ਰਹੇ। ਇਸੇ ਦੇ ਤਹਿਤ ਸਿਹਤ ਵਿਭਾਗ ਵੱਲੋਂ ਫਿਰ ਇੱਕ ਵਾਰ ਉਹਨਾਂ ਨੂੰ ਤਾੜਨਾ ਕੀਤੀ ਗਈ ਹੈ ਤਾਂ ਜੋ ਦੁਕਾਨਦਾਰ ਜਿਹੜੇ ਨੇ ਉਹ ਕੋਟਪਾ ਐਕਟ ਦੀ ਸਖਤੀ ਨਾਲ ਪਾਲਣਾ ਕਰਨ। ਸਹਿਯੋਗੀ ਨਵਨੀਤ ਰੰਧਾਵਾ ਦੇ ਨਾਲ ਵਿਜੇ ਕੁਮਾਰ, ਫਾਸਟਵੇ ਨਿਊਜ਼, ਅੰਮ੍ਰਿਤਸਰ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਪਲਾਹ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸੇ ਤਹਿਤ ਸ਼ਾਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਸ਼ਤੀ ਮੁਕਾਬਲੇ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਟੀਮਾਂ ਨੂੰ ਨਕਦ ਇਨਾਮਾਂ ਨਾਲ ਨਿਵਾਜ਼ਿਆ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਇਆਂ ਗੁਰਦੁਆਰਾ ਪਲਾਹ ਸਾਹਿਬ ਦੇ ਮੈਨੇਜਰ ਨੇ ਜਾਣਕਾਰੀ ਦਿੱਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਪਲਾਹ ਸਾਹਿਬ ਵਿਖੇ 6ਵੇਂ ਪਾਤਸ਼ਾਹ ਜੀ ਨੂੰ ਸਮਰਪਿਤ ਜੋੜ ਮੇਲਾ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਸੀ। ਇਸ ਜੋੜ ਮੇਲੇ ਦੇ ਸੰਬੰਧ ਵਿੱਚ ਕੱਲ੍ਹ ਦੇ ਸਮਾਗਮ ਚੱਲ ਰਹੇ ਸੀਗੇ। ਕੱਲ੍ਹ ਦੇ ਸਮਾਗਮਾਂ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਰਾਹੀਂ ਸ਼ਾਮ 11 ਵਜੇ ਤੱਕ ਰਾਤ 11 ਵਜੇ ਤੱਕ ਖੁੱਲ੍ਹੇ ਪੰਡਾਲਾਂ ਵਿੱਚ ਗੁਰਮਤਿ ਸਮਾਗਮ ਚੱਲੇ। ਅੱਜ ਸਵੇਰ 10 ਵਜੇ ਤੋਂ ਲੈ ਕੇ ਢਾਡੀ ਵਾਰਾਂ ਕਵਿਸ਼ਰੀ ਜਥਿਆਂ ਨੇ ਆਪਣੀ ਕਵਿਸ਼ਰੀ ਕਲਾ ਦੇ ਨਾਲ ਢਾਡੀ ਕਲਾ ਦੇ ਨਾਲ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ। ਉਸ ਤੋਂ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਇਨਾਮਾਂ ਤਹਿਤ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਗਿਆ। ਸਟਾਲਵਰਟਸ ਵਰਲਡ ਸਕੂਲ ਵਿਖੇ ਬੇਟੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ। ਲੜਕੀਆਂ ਦੀ ਸਵੈ ਰੱਖਿਆ ਅਤੇ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਤੇ ਆਧਾਰਿਤ ਅਜਿਹੇ ਨਾਟਕ ਵੀ ਪੇਸ਼ ਕੀਤੇ ਗਏ। ਇਸ ਵਿਸ਼ੇਸ਼ ਦਿਨ ਦੀ ਰੌਣਕ ਨੂੰ ਵਧਾਉਣ ਲਈ ਮੁੱਖ ਮਹਿਮਾਨ ਵਜੋਂ ਰੂਪਨ ਢਿੱਲੋਂ, ਸ਼੍ਰੀਮਤੀ ਸੁਪਨੰਦਨ, ਸ਼੍ਰੀਮਤੀ ਵੀਨਾ ਅਰੋੜਾ, ਦ੍ਰਿਸ਼ਟੀ ਨੰਦਾ, ਸ਼ਿਖਾ ਸਰੀਨ, ਮੀਨਾਕਸ਼ੀ ਜੋੜਾ ਹਾਜ਼ਰ ਸਨ। ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਮਨੀਸ਼ਾ ਧਾਨੁਕਾ ਸਮੇਤ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ। ਅੱਜ ਹਮ ਡੌਟਰਸ ਡੇ ਸੈਲੀਬ੍ਰੇਟ ਕਰ ਰਹੇ ਹਨ, ਜੋ ਕਿ ਕੱਲ੍ਹ ਹੈ ਐਕਚੁਲੀ, ਔਰ ਇਸਮੇ ਹਮ ਵਿਭਿੰਨ ਜੋ ਮਹਿਲਾਏ ਹੈ ਜਿਨ੍ਹਾਂ ਨੇ ਆਪਣੇ ਫੀਲਡਸ ਮੇ ਐਕਸੈਲ ਕਰਾ ਹੈ, ਉਨਕੋ ਆਨਰ ਕਰ ਰਹੇ ਹੈ। ਜਿਸਦੇ ਦ੍ਰਿਸ਼ਟੀ ਨੰਦਾ ਜੀ ਹੈ ਜੋ ਮਾਸਟਰ ਸ਼ੈਫ ਰਹੀ ਹੈ, ਸ਼ਿਖਾ ਸਰੀਨ ਫੈਸਟਿਨੇਰਾ ਕੇ ਗਰੁੱਪਸ ਕੀ ਜੋ ਡਾਇਰੈਕਟਰ ਹੈ, ਸ਼ੀ ਇਜ਼ ਦੇਅਰ। ਸੁਪਨੰਦਨ ਦੀਪ ਜੀ ਜੋ ATC ਹੈ, ਸ਼ੀ ਇਜ਼ ਦੇਅਰ। ਦੈਨ ਵੀ ਹੈਵ ਡਾਕਟਰ ਰੂਪਨ ਹੂ ਇਜ਼ ਹੈੱਡ ਆਫ ਦ ਡਿਪਾਰਟਮੈਂਟ ਆਫ ਸਾਈਕੋਲੋਜੀ ਯੂਨੀਵਰਸਿਟੀ। ਦੈਨ ਵੀ ਹੈਵ ਵੀਨਾ ਅਰੋੜਾ ਜੀ ਜੋ ਪੈਰਾਓਲੰਪਿਕ ਪਲੇਅਰ ਹੈ, and she is vice president of Indian taekwondo, and the sixth person whom we are going to honor is Dr. Meenakshi Jawra. Amritsar jile de pind Umra Nagar vich November mahine vich do roza hon wale khel te sabhyacharak mele de sambandh vich trust di ahem meeting IG Paramraj Singh Umra Nagar di agwai vich hoyi। Is mauke Hobby Taliwal samet trust de member hazir san। Mela karona paise di khel nahi hundi, ਮੇਲਾ ਕਰਾਉਣ ਜਜ਼ਬਾਤਾਂ ਦੀ ਖੇਡ ਹੁੰਦੀ ਹੈ, ਜਜ਼ਬੇ ਦੀ ਖੇਡ ਹੁੰਦੀ ਹੈ, ਟੀਮ ਦਾ ਕੰਮ ਹੁੰਦਾ। ਸੋ ਇੱਕ ਲੀਡਰ 'ਤੇ ਤੁਸੀਂ ਵਿਸ਼ਵਾਸ ਕਰਕੇ ਚੱਲੋਗੇ ਤਾਂ ਉਮਰਾ ਨੰਗਲ ਦਾ ਮੇਲਾ ਜਿਹੜਾ ਉਹ ਸਦੀਆਂ ਚੱਲ ਸਕਦਾ। ਸੋ ਉਹਦੇ ਵਾਸਤੇ ਅੱਜ ਅਸੀਂ ਇਕੱਠੇ ਹੋਏ ਹਾਂ, ਅਤੇ ਮੇਲੇ ਵਾਸਤੇ ਅਸੀਂ ਨਵੰਬਰ ਦਾ ਅਖੀਰਲਾ ਹਫ਼ਤਾ ਚੁਣਿਆ ਕਿਉਂਕਿ ਬਹੁਤ ਚਿਰਾਂ ਬਾਅਦ ਇਕੱਠੇ ਹੋਏ ਹਾਂ ਅਤੇ ਬਹੁਤ ਛੋਟੀ ਮੀਟਿੰਗ ਸੀ, ਸਾਰਿਆਂ ਦੇ ਸੁਝਾਅ ਲਏ ਗਏ ਨੇ ਇਲਾਕੇ ਦੀ ਸੰਗਤ ਵੱਲੋਂ, ਨਗਰ ਨਿਵਾਸੀਆਂ ਵੱਲੋਂ ਬੜਾ ਜ਼ੋਰ ਦਿੱਤਾ ਜਾ ਰਿਹਾ ਸੀ ਕਿ ਵੀ ਆਪਾਂ ਸਾਲਾਨਾ ਮੇਲਾ, ਖੇਡ ਮੇਲਾ ਔਰ ਸੱਭਿਆਚਾਰਕ ਮੇਲਾ ਜੋ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਥੇ ਕਰਾਉਂਦੇ ਹਾਂ, ਸੋ ਐਤਕੀ ਕਰਾਈਏ। ਸੋ ਉਸੇ ਸਿਲਸਿਲੇ ਦੇ ਵਿੱਚ ਅਸੀਂ ਅੱਜ ਇਲਾਕੇ ਦੇ ਮੌਜੂਦ ਜਿਹੜੇ ਸਾਡੇ ਉਹਨਾਂ ਨੂੰ ਔਰ ਨਗਰ ਨਿਵਾਸੀਆਂ ਨਾਲ ਬਹਿ ਕੇ ਅਸੀਂ ਇਸ 'ਤੇ ਚਰਚਾ ਕੀਤੀ ਹੈ ਕਿ ਕਿਸ ਰੂਪ ਦੇ ਵਿੱਚ ਮੇਲਾ ਮਨਾਉਣਾ। ਸੋ ਉਹ ਪਲੈਨ ਕਰਾਂਗੇ ਨਵੰਬਰ ਦੇ 20 'ਚ, ਦੋ ਰੋਜ਼ਾ ਰੱਖਾਂਗੇ ਜੀ। ਉਹਦੇ 'ਚ ਗੇਮਾਂ ਕਰਾਈਆਂ ਜਾਣਗੀਆਂ, ਜਿਮਨਾਸਟਿਕ, ਕਬੱਡੀ ਔਰ ਰੱਸਾਕਸ਼ੀ, ਇਸ ਤਰ੍ਹਾਂ ਦੀਆਂ ਪੇਂਡੂ ਸੱਭਿਆਚਾਰਕ ਨਾਲ ਸੰਬੰਧਿਤ ਗੇਮਾਂ ਨੇ ਉਹ ਕਰਾਵਾਂਗੇ। ਸ਼੍ਰੀ ਰਾਮ ਬਾਲਾ ਜੀ ਧਾਮ ਦੇ ਪ੍ਰਮੁੱਖ ਅਤੇ ਅਕਾਲੀ ਸੈਨਾ ਤੇ ਰਾਸ਼ਟਰੀ ਜਨਰਲ ਸਕੱਤਰ ਮਹਾਮੰਡਲੇਸ਼ਵਰ ਅਸ਼ਨੀਲ ਜੀ ਮਹਾਰਾਜ ਨੇ ਆਖਿਆ ਕਿ ਨਵਰਾਤਰਿਆਂ ਦੇ ਦਿਨਾਂ ਵਿੱਚ ਮਹਾਨਗਰ ਵਿੱਚ ਬਜਰੰਗੀ ਸੈਨਾ ਵਿੱਚ ਜੋ ਮੂਰਤੀਆਂ ਬਣਦੀਆਂ ਹਨ ਉਹ ਮਰਿਆਦਾ ਦੇ ਅਨੁਸਾਰ ਬਣਨ, ਅਤੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਦੀ ਮਰਿਆਦਾ ਅਨੁਸਾਰ ਹੀ ਰਾਮਲੀਲਾ ਤਿਆਰ ਕੀਤੀ ਜਾਵੇ। ਇਸ ਮੌਕੇ ਤੇ ਸੰਤ ਵਿਸ਼ਾਲ, ਦੀਪਕ, ਜਤਿੰਦਰ ਪਾਲ, ਗੋਲੂ, ਲਖਵਿੰਦਰ ਸਮੇਤ ਕਈ ਲੋਕ ਮੌਜੂਦ ਸਨ। ਨਵਰਾਤਰਿਆਂ ਦੇ ਵਿੱਚ ਵੱਡੇ ਹਨੂੰਮਾਨ ਜੀ ਦੇ ਲੰਗੂਰਾਂ ਦਾ ਮੇਲਾ ਆ,
ਉਹਦੇ ਵਿੱਚ ਬਜਰੰਗੀ ਸੈਨਾ ਆਉਂਦੀ ਆ, ਹਨੂੰਮਾਨ ਜੀ ਪਾਲਕੀ 'ਤੇ ਆਉਂਦੇ ਨੇ। ਅੱਜ ਕੱਲ੍ਹ ਇਹ ਨਵਾਂ ਹੀ ਟਰੈਂਡ ਚੱਲ ਪਿਆ ਆ ਕਿ ਬਹੁ ਬਲੀ ਬਣਾ ਕੇ ਆਉਣਾ, ਵੱਡੇ ਵੱਡੇ ਸਿਰ 'ਤੇ ਛੱਜੇ ਬੰਨੇ, ਦੇਵੀ ਦੇਵਤਿਆਂ ਦੇ ਪਲਾਸਟਿਕ ਦੇ ਰੂਪ ਬਣਾ ਕੇ ਆਉਣਾ। ਇਸ 'ਤੇ ਅਸੀਂ ਬੈਨ ਲਾਇਆ ਹੈ ਅਤੇ ਪੁਲਿਸ ਪ੍ਰਸ਼ਾਸਨ ਨੂੰ, ਕਮਿਸ਼ਨਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੇ ਵੀ ਇਹ ਬੇਅਦਬੀ ਕਰਦੇ ਨੇ ਇਹਨਾਂ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਰਿਟਾਇਰਡ SHO ਅਤੇ ਸਮਾਜ ਸੇਵਕ ਸੰਜੀਵ ਕੁਮਾਰ ਵੱਲੋਂ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਂਦਿਆਂ ਬੰਦ ਸੀਵਰੇਜ ਅਤੇ ਚੈਂਬਰ ਖੁਲਵਾਏ ਗਏ। ਇਹ ਸਾਡਾ ਪਾਣੀ ਬਲੋਕ ਹੋਇਆ, ਸਾਰਾ ਬਾਹਰ ਨਿਕਲਦਾ ਸੀ ਔਰ ਇਹਨਾਂ ਨੂੰ ਕਿਹਾ, ਇਹਨਾਂ ਨੇ ਅੱਜ ਆ ਕੇ ਸਾਰਾ ਕੰਮ ਕਰਾ ਤਾ। ਸਾਡਾ ਪਾਣੀ ਬਿਲਕੁਲ ਕੱਟਤਾ, ਲੇਕਿਨ ਇਹਦਾ ਹੱਲ ਪੂਰਾ ਨਹੀਂ, ਉਹ ਨਿਕਲਿਆ ਕਿ ਅੱਗੋਂ ਜਾ ਕੇ ਬਲੋਕ ਆ। ਸੰਜੀਵ ਜੀ ਨੂੰ ਕੱਲ੍ਹ ਅਪਰੋਚ ਕੀਤੀ ਸੀ ਔਰ ਉਹਨਾਂ ਨੇ ਸਾਡੀ ਰਿਕੁਐਸਟ ਨੂੰ ਮੰਨਦੇ ਹੋਇਆ ਇਹ ਸਾਰਾ ਕੰਮ ਕਰਵਾ ਤਾ। ਅੱਜ ਅਸੀਂ ਉਹਨਾਂ ਦੇ ਬੜੇ ਸਮਾਜ ਸੇਵੀ ਸੰਸਥਾ ਖਵਾਜ਼ਾ ਗਰੀਬ ਨਿਵਾਜ਼ ਨਟਪੀਰ ਸੋਸਾਇਟੀ ਦੇ ਮੁੱਖ ਸੇਵਾਦਾਰ ਕਮਲ ਕੁਮਾਰ ਵੱਲੋਂ ਇੱਕ ਲਾਵਾਰਿਸ ਲਾਸ਼ ਦਾ ਅੰਤਿਮ ਸੰਸਕਾਰ ਵਿਧੀ ਵਿਧਾਨ ਨਾਲ ਕੀਤਾ ਗਿਆ। ਉਹਨਾਂ ਆਖਿਆ ਕਿ ਇਹ ਮਾਨਵਤਾ ਦੀ ਸੇਵਾ ਹੈ ਅਤੇ ਉਹ ਹਮੇਸ਼ਾ ਇਸ ਸੇਵਾ ਨੂੰ ਜਾਰੀ ਰੱਖਣਗੇ। ਥਾਣਾ ਰਾਮਬਾਗ ਤੋਂ ਭਾਜੀ ਵਿਕਰਮਜੀਤ ਸਿੰਘ ਜੀ ਦਾ ਫੋਨ ਆਇਆ ਸੀ, ਅੱਜ ਡੈਡ ਬੋਡੀਆਂ ਲਵਾਰਸ, ਇਹਨਾਂ ਨੂੰ ਪੰਜਾਬ ਪੁਲਿਸ ਦੇ ਜਿੰਨੇ ਵੀ ਥਾਣੇ 'ਚ ਸਾਨੂੰ ਫੋਨ ਆ ਜਾਂਦੇ ਆ ਵੀ ਡੈਡ ਬੋਡੀ ਸੰਸਕਾਰ ਕਰਨਾ, ਤੁਸੀਂ ਭਾਜੀ ਪਹੁੰਚੋ। ਇਹ ਸੇਵਾ ਕਰ ਰਹੇ ਹਾਂ, ਦੁੱਖ ਵੀ ਲੱਗਦਾ, ਸੇਵਾ ਵੀ ਕਰਦੇ ਹਾਂ। ਕਿੱਥੇ ਲੋਕ ਵਿਚਾਰੇ ਜਨਮ ਲੈ ਰਹੇ, ਕਿੱਥੇ ਇਹਨਾਂ ਨੂੰ ਪਤਾ ਨਹੀਂ ਕਿਹਦੇ ਘਰ ਜਨਮ ਲਿਆ, ਕਿਹਦੇ ਘਰ ਕਿਹਨੇ ਸੰਸਕਾਰ ਕਰਨਾ। ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ। ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਸਫਲਤਾ, ਹਥਿਆਰਾਂ ਸਮੇਤ ਦੋਸ਼ੀ ਗ੍ਰਿਫਤਾਰ। ਏਸ਼ੀਅਨ ਚੈਂਪੀਅਨ ਬਣਨ ਤੇ ਹਾਕੀ ਟੀਮ ਦਾ ਅੰਮ੍ਰਿਤਸਰ 'ਚ ਹੋਇਆ ਸਨਮਾਨ। ਲੁੱਟਾਂ ਖੋਹਾਂ ਕਰਨ ਵਾਲੇ ਦੋਸ਼ੀ ਥਾਣਾ ਗੇਟ ਹਕੀਮਾਂ ਨੇ ਕੀਤੇ ਕਾਬੂ। ਇਹ ਸਨ ਅੱਜ ਦੀਆਂ ਖਬਰਾਂ, ਅਸੀਂ ਅਗਲੇ ਬੁਲੇਟਿਨ ਵਿੱਚ ਫਿਰ ਮਿਲਾਂਗੇ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।